ਇਹ ਫੋਟੋ ਇੱਕ ਅਜਿਹੇ ਹਾਥੀ ਦੇ ਪੈਰਾਂ ਦੀ ਹੈ ਜਿਸਨੇ ਕਰੂਰਤਾ ਦੇਖੀ ਹੈ, ਉਹ ਵੀ ਪੂਰੇ 50 ਸਾਲ। ਅਤੇ ਜਦੋਂ ਇਸ ਹਾਥੀ ਨੂੰ ਇਹਨਾਂ ਜੰਜੀਰਾਂ ਤੋਂ ਆਜ਼ਾਦ ਕਰਵਾਇਆ ਗਿਆ ਤਾਂ ਉਸਦੀਆਂ ਅੱਖਾਂ ਵਿੱਚੋਂ ਰਿਸਦਾ ਪਾਣੀ ਇਹ ਦੱਸਦਾ ਸੀ ਕਿ ਉਸਨੇ ਇਹ 50 ਸਾਲ ਕਿਵੇਂ ਬਿਤਾਏ ਹੋਣਗੇ। ਇਹ ਸੱਚੀ ਘਟਨਾ ਕਿਤੇ ਹੋਰ ਦੀ ਨਹੀਂ ਸਗੋਂ ਭਾਰਤ ਦੀ ਹੈ, ਜਿੱਥੇ ਰਾਜੂ ਨਾਮ ਦੇ ਇੱਕ ਹਾਥੀ ਨੂੰ ਅੱਧੀ ਰਾਤ ਨੂੰ ਇੱਕ ਰੈਸਕਿਊ ਆਪਰੇਸ਼ਨ ਕਰਕੇ ਬਚਾਇਆ ਗਿਆ। ਰਾਜੂ ਦੇ ਜਨਮ ਬਾਰੇ ਕੋਈ ਨਹੀਂ ਜਾਣਦਾ, ਪਰ ਰਾਜੂ ਦੀ ਕਿਸਮਤ ਸ਼ੁਰੂ ਤੋਂ ਹੀ ਖਰਾਬ ਸੀ। ਉਸਦੇ ਪੈਦਾ ਹੁੰਦੇ ਹੀ ਕਿਸੇ ਨੇ ਚੋਰੀ ਕਰਕੇ ਉਸਨੂੰ ਵੇਚ ਦਿੱਤਾ ਅਤੇ ਇਹ ਵੇਚਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਹਰ 2 ਸਾਲ ਬਾਅਦ ਰਾਜੂ ਦਾ ਮਾਲਕ ਬਦਲਦਾ ਰਿਹਾ। ਰਾਜੂ ਇੱਕ ਬੇਜ਼ੁਬਾਨ ਜਾਨਵਰ ਨਾ ਹੋ ਕੇ ਪੈਸੇ ਕਮਾਉਣ ਦੀ ਮਸ਼ੀਨ ਬਣ ਗਿਆ। ਅਤੇ ਅਖੀਰ ਰਾਜੂ ਬਦਕਿਸਮਤੀ ਨਾਲ ਉੱਤਰ ਪ੍ਰਦੇਸ਼ ਦੇ ਇੱਕ ਬੰਦੇ ਕੋਲ ਆ ਗਿਆ ਜੋ ਕਿ ਨਸ਼ੇੜੀ ਸੀ। ਉਹ ਬੰਦਾ ਰਾਜੂ ਨੂੰ ਸੈਰ ਸਪਾਟੇ ਵਾਲੀਆਂ ਥਾਵਾਂ ਉੱਤੇ ਲਿਜਾਂਦਾ ਸੀ। ਲੋਕ ਰਾਜੂ ਦਾ ਖੇਲ ਦੇਖਦੇ ਉਸ ਉੱਤੇ ਸਵਾਰੀ ਕਰਦੇ, ਪਰ ਇਸ ਦੇ ਬਦਲੇ ਰਾਜੂ ਨੂੰ ਜੋ ਮਿਲਦਾ ਸੀ ਉਹ ਜਾਣ ਕੇ ਤੁਸੀਂ ਰੋਣ ਲੱਗ ਜਾਓਗੇ। ਉਸਦਾ ਮਾਲਕ ਸਾਰਾ ਦਿਨ ਉਸ ਤੋਂ ਖੇਲ ਕਰਵਾਉਂਦਾ ਅਤੇ ਉਸ ਦੇ ਸਿਰੋਂ ਪੈਸੇ ਕਮਾਉਂਦਾ, ਪਰ ਰਾਤ ਨੂੰ ਉਹ ਰਾਜੂ ਨੂੰ ਸੜਕਾਂ ਉੱਤੇ ਖੁੱਲ੍ਹਾ ਛੱਡ ਦਿੰਦਾ ਅਤੇ ਰਾਜੂ ਢਿੱਡ ਭਰਨ ਲਈ ਸੜਕਾਂ ਤੋਂ ਕੂੜਾ ਜਾਂ ਕੁਝ ਜੋ ਕੁਝ ਮਿਲਦਾ ਉਹ ਖਾਂਦਾ। ਪੂਰੀ ਖੁਰਾਕ ਨਾ ਮਿਲਣ ਦੀ ਵਜ੍ਹਾ ਕਰਕੇ ਰਾਜੂ ਬਿਮਾਰ ਹੋਣ ਲੱਗਾ, ਜਿਸਦਾ ਕਰਕੇ ਉਸਦੇ ਮਾਲਕ ਨੇ ਰਾਜੂ ਨੂੰ ਘਰ ਵਿੱਚ ਬੰਨ੍ਹਣ ਦਾ ਫੈਸਲਾ ਕੀਤਾ। ਰਾਜੂ ਨੂੰ ਨੋਕੀਲੀਆਂ ਜੰਜੀਰਾਂ ਨਾਲ ਘਰ ਦੇ ਪਿੱਛੇ ਬੰਨ੍ਹ ਦਿੱਤਾ ਗਿਆ। ਤੁਸੀਂ ਯਕੀਨ ਨਹੀਂ ਕਰੋਗੇ, ਰਾਜੂ ਨੇ 5 ਦਹਾਕੇ ਯਾਨੀ ਕਿ 50 ਸਾਲ ਆਪਣੇ ਮਾਲਕ ਦਾ ਜ਼ੁਲਮ ਸਹਿਆ। ਨਸ਼ੇੜੀ ਹੋਣ ਕਰਕੇ ਉਹ ਬੰਦਾ ਰਾਜੂ ਨੂੰ ਜੋ ਜੀ ਕਰਦਾ ਸੀ ਮਾਰਦਾ ਕੁੱਟਦਾ, ਪਰ ਬੇਜ਼ੁਬਾਨ ਸੀ ਰਾਜੂ, ਅੱਗੋਂ ਕੀ ਬੋਲਦਾ ਬਸ ਦਰਦ ਸਹਿੰਦਾ ਰਿਹਾ। ਧਿਆਨ ਨਾਲ ਦੇਖੋ ਤਾਂ ਤੁਹਾਨੂੰ ਰਾਜੂ ਦੇ ਪੈਰਾਂ ਉੱਤੇ ਉਹਨਾਂ ਜੰਜੀਰਾਂ ਦੇ ਨਿਸ਼ਾਨ ਵੀ ਦਿਸਣਗੇ ਜੋ 50 ਸਾਲ ਉਸਦੇ ਲੱਤਾਂ ਪੈਰਾਂ ਨਾਲ ਬੰਨੀਆਂ ਰਹੀਆਂ। ਸੰਨ 2014 ਵਿੱਚ ਇੱਕ ਵਿਲਡ ਲਾਈਫ ਚੈਰਿਟੀ ਨੂੰ ਰਾਜੂ 'ਤੇ ਹੁੰਦੇ ਜ਼ੁਲਮਾਂ ਦੀ ਖਬਰ ਪਤਾ ਲੱਗੀ ਅਤੇ ਰਾਜੂ ਨੂੰ ਬਚਾਉਣ ਦਾ ਪਲਾਨ ਬਣਾਇਆ ਜਾਣ ਲੱਗਾ। ਰਾਜੂ ਨੂੰ ਬਚਾਉਣ ਦੀ ਇਸ ਮੁਹਿੰਮ ਵਿੱਚ ਵਿਲਡ ਲਾਈਫ ਚੈਰਿਟੀ ਦੀ ਰੈਸਕਿਊ ਟੀਮ ਨੇ ਕੋਰਟ ਦੇ ਹੁਕਮ ਮੰਗੇ, ਪਰ ਕੋਰਟ ਦੇ ਹੁਕਮ ਆਉਣ ਨੂੰ ਹੀ 1 ਸਾਲ ਲੱਗ ਗਿਆ। ਕੋਰਟ ਦੇ ਹੁਕਮ ਮਿਲਦੇ ਹੀ ਸ਼੍ਰੀ ਕਾਰਤਿਕ ਸੱਤਿਆ ਨਾਰਾਇਣ ਦੀ ਅਗਵਾਈ ਵਿੱਚ ਇਸ ਰੈਸਕਿਊ ਨੂੰ ਅੰਜਾਮ ਦਿੱਤਾ ਗਿਆ। ਰਾਜੂ ਦੇ ਲੱਤਾਂ ਪੈਰਾਂ ਨੂੰ ਬੰਨੀਆਂ ਨੋਕੀਲੀਆਂ ਜੰਜੀਰਾਂ ਨੂੰ ਕੱਟਣਾ ਮੁਸ਼ਕਿਲ ਵੀ ਸੀ ਕਿਉਂਕਿ ਉਹ ਮਾਸ ਅੰਦਰ ਖੁੱਭੀਆਂ ਹੋਈਆਂ ਸਨ ਅਤੇ ਮਾੜੀ ਜਿਹੀ ਲਾਪਰਵਾਹੀ ਨਾਲ ਰਾਜੂ ਦੇ ਜ਼ਖਮਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ। ਇਸ ਆਪਰੇਸ਼ਨ ਤੋਂ ਬਾਅਦ ਰਾਜੂ ਨੂੰ ਕਈ ਦਹਾਕਿਆਂ ਬਾਅਦ ਜੰਜੀਰਾਂ ਤੋਂ ਆਜ਼ਾਦ ਕਰਵਾਇਆ ਗਿਆ, ਪਰ ਰਾਜੂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਖੁਦ ਖੜ੍ਹਾ ਹੋ ਪਾਉਂਦਾ। ਰਾਜੂ ਨੂੰ ਬਚਾਅ ਦੇ ਸਾਧਨਾਂ ਦੁਆਰਾ ਖੜ੍ਹਾ ਕੀਤਾ ਗਿਆ, ਖਾਣਾ ਖਾਣ ਨੂੰ ਦਿੱਤਾ ਗਿਆ ਅਤੇ ਪਾਣੀ ਪਿਲਾਇਆ ਗਿਆ। ਤੁਸੀਂ ਯਕੀਨ ਨਹੀਂ ਕਰੋਗੇ ਕਿ ਰਾਜੂ ਖਾਣਾ ਖਾ ਕੇ ਰੋਣ ਲੱਗ ਗਿਆ ਸੀ ਅਤੇ ਉੱਥੇ ਖੜ੍ਹੇ ਸਭ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਅਖੀਰ ਰਾਜੂ ਨੂੰ ਇਲਾਜ ਲਈ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਮਗਰੋਂ ਉਸਨੂੰ ਜੰਗਲ ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ। ਭਾਵੇਂ ਬੇਜ਼ੁਬਾਨ ਹੁੰਦੇ ਹਨ ਇਹ ਜਾਨਵਰ, ਪਰ ਦਿਲ ਇਹਨਾਂ ਕੋਲ ਵੀ ਹੁੰਦਾ ਹੈ, ਇਸ ਕਰਕੇ ਸਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜੋ ਇਹਨਾਂ ਬੇਜ਼ੁਬਾਨਾਂ ਨੂੰ ਦਰਦ ਦੇਵੇ, ਕਿਉਂਕਿ ਪਰਮਾਤਮਾ ਇਹਨਾਂ ਜੀਵਾਂ ਵਿੱਚ ਵੀ ਵੱਸਦਾ ਹੈ। ਵੀਡੀਓ ਬਾਰੇ ਵਿਚਾਰ ਜ਼ਰੂਰ ਦਿਓ ਅਤੇ ਅਜਿਹੀਆਂ ਹੋਰ ਦਿਲਚਸਪ ਘਟਨਾਵਾਂ ਅਤੇ ਇਤਿਹਾਸਕ ਜਾਣਕਾਰੀਆਂ ਜਾਣਨ ਲਈ ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ।